एक वीर जी हुण कोई स्पैशल मॉडल है कलसी दा, ये अपना स्पैशल मॉडल इस करके किया जांदा वा, इहदे विच डबल सक्शन है, देखे जा सकदा है। मैं तुहानूं दिखाउणा इह चीज़ दा पंप दा फायदा की है। ये दोनों पासे देखो टर्बो के नाल दोनों पासे सप्लाई लगेगा, एक इधरली साइड भी सप्लाई लेगा तो दूसरी साइड भी सप्लाई लेगा। ये नॉर्मली पंप नालों प्रैशर डबल होंदा वा, इहनूं डबल प्रैशर कहिंदे ने। ठीक है जी। तो उस तो बाद जिहड़ा पंप है मतलब ये पंप एलमीनियम के आते हैं अपनी ये स्पैशल ही है। तो उस तो बाद दैन यदा जो इंजन है ये टू स्ट्रोक इंजन हाई क्वालिटी का इंजन, क्रैंक शाफ्ट भी सब तो हैवी ज़्यादा वा। जो स्टार्टर एलमीनियम स्टार्टर आ, एलमीनियम स्टार्टर का यह फायदा होंगे कि जल्दी अपना नॉर्मल जो नॉर्मल पंप होंगे प्लास्टिक रस्सी पर रस्सिया खिंच के दो तीन बार खराब हो जाती है। हाँ जी हाँ जी। यदि लाइफ घट्टो घट्ट दो तीन साल कितने नहीं जाती जी। ठीक है। उस तो जो टैंक है एक टैंक टप्पर वेयर का प्लास्टिक लगे होंगे वह क्वालिटी का बनया हुआ जी, फ्लैक्सीबल है। जो तुम देखने सॉफ्ट लग रहा होगा बट इन्ना हार्ड आ ਕੀ ਮਤਲਬ ਇਹਦੀ ਲਾਈਫ ਇੰਨੀ ਜ਼ਿਆਦਾ, ਜੇ ਤੁਸੀਂ ਪਾਣੀ ਦਾ ਭਰਿਆ ਹੋਇਆ ਵੀ ਨੀਚੇ ਗਿਰ ਜਾਂਦਾ ਤਾਂ ਜਲਦੀ ਟੁੱਟਦੇ ਨਹੀਂ ਮਤਲਬ ਵਧੀਆ ਕੁਆਲਿਟੀ ਦੀ ਪਲਾਸਟਿਕ ਯੂਜ਼ ਕਰੀ ਹੋਈ। ਹਾਂਜੀ। ਜਿਹੜਾ ਇੰਜਨ ਹੈ ਟੋਟਲੀ ਵਾਟਰ ਪ੍ਰੂਫ ਆ, ਜੇ ਆਪਾਂ ਇਹਦੇ ਉੱਪਰ ਵੀ ਪਾਣੀ ਪਾਉਂਦੇ ਹਾਂ ਠੀਕ ਨਹੀਂ ਹੁੰਦਾ। ਠੀਕ ਹੈ, ਕੋਈ ਪ੍ਰੋਬਲਮ ਨਹੀਂ। ਦਿਖਾ ਦਿੰਦੇ ਹਾਂ। ਠੀਕ ਹੈ। ਚਾਹੇ ਕਈ ਵਾਰ ਅਚਾਨਕ ਕਿਸਾਨ ਭਾਈ ਤੋਂ ਕਿਤੇ ਪਾਣੀ ਦੇ ਵਿੱਚ ਗਿਰ ਵੀ ਜਾਂਦਾ, ਇਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਬਿਲਕੁਲ ਵਾਟਰ ਪ੍ਰੂਫ ਪੰਪ ਹੈ, ਜਿੰਨਾ ਮਰਜ਼ੀ ਪਾਣੀ ਪਾ ਲਓ। ਤੁਸੀਂ ਦੇਖ ਰਹੇ ਹੋ ਬਾਕੀ ਤੁਹਾਡੇ ਸਾਹਮਣੇ ਆ, ਸਾਹਮਣੇ ਆ। ਕੀਤਾ ਬਿਲਕੁਲ ਪਾਣੀ ਪਾ ਕੇ ਦਿਖਾਇਆ। ਠੀਕ ਹੈ ਜੀ। ਤੁਹਾਡੇ ਸਾਹਮਣੇ ਬਿਲਕੁਲ ਕੋਈ ਦਿੱਕਤ ਨਹੀਂ ਆਈ, ਚੱਲ ਰਿਹਾ ਸੀਗਾ ਪਾਣੀ, ਇਹਨੂੰ ਇਸ ਕਰਕੇ ਹੀ ਵਾਟਰ ਪ੍ਰੂਫ ਕਿਹਾ ਜਾਂਦਾ ਵਾ। ਇਹਦੇ ਵਿੱਚ ਚਾਹੇ ਪਾਣੀ ਦੇ ਵਿੱਚ ਖਾਲ ਵਿੱਚ ਆਲੂ ਵਿੱਚ ਵੀ ਗਿਰ ਜਾਵੇ, ਮਤਲਬ ਹਾਂਜੀ ਚੱਲ ਗਿਰ ਜਾਂਦਾ ਵਾ, ਗਿਰ ਜਾਂਦਾ ਵਾ, ਕੋਈ ਦਿੱਕਤ ਨਹੀਂ ਆਉਂਦੀ, ਮਤਲਬ ਪਾਣੀ ਨਹੀਂ ਪੈ ਸਕਦਾ, ਨਹੀਂ ਪੈ ਸਕਦਾ, ਬਿਲਕੁਲ ਸੀਲਡ ਇੰਜਨ ਹੈ। ਠੀਕ ਹੈ ਜੀ। ਨਾ ਪੰਪ ਦੇ ਵਿੱਚ ਪਾਣੀ ਜਾਵੇ ਨਾ, ਆਹ ਦੇਖੋ ਇਹਦੇ ਵਿੱਚ ਆਹ ਜਿਹੜਾ ਕਵਰ ਕੀਤਾ ਹੈ ਟੋਟਲੀ ਨੋਰਮਲ ਖੁੱਲਾ ਹੁੰਦਾ ਵਾ, ਨਹੀਂ ਇੱਥੇ ਜੰਗਾਲ ਲੱਗ ਜਾਂਦੇ ਆ, ਪਲਾਸਟਿਕ ਟੱਪਰ ਵੀ ਜਿਹੜਾ ਹੈਵੀ ਪਲਾਸਟਿਕ ਜੇ ਗਿਰ ਵੀ ਜਾਵੇ ਤਾਂ ਵੀ ਟੁੱਟਦਾ ਵੀ ਨਹੀਂ, ਨਾਲ ਵਾਟਰ ਪ੍ਰੂਫ ਹੈ, ਇਹਦੇ ਵਿੱਚ ਪਾਣੀ ਵੀ ਨਹੀਂ ਜਾਏਗਾ ਅੰਦਰੋਂ। ਠੀਕ ਹੈ। ਅਤੇ ਇਹਦਾ ਪ੍ਰਾਈਸ ਕੀ ਹੈ ਜੀ? ਇਹ ਪ੍ਰਾਈਸ 8800 ਰੁਪਏ ਦਾ ਸਰ। ਇਹਦੇ ਨਾਲ ਅਸੀਂ ਡਬਲ ਸਮਾਨ ਦਿੰਦੇ ਹਾਂ, ਸਾਡਾ ਕੋਈ ਵੀ ਪੰਪ ਆ ਲਾਈਫ ਟਾਈਮ ਲਈ ਆਫਰ ਕੀਤੀ ਹੋਈ ਹੈ, ਉਹ ਵੀ ਪੰਪ ਉਹਦੇ ਨਾਲ ਅਸੀਂ ਸਮਾਨ ਡਬਲ ਦਿੰਦੇ ਹਾਂ। ਮਤਲਬ ਸਮਾਨ ਦਾ ਮਤਲਬ ਕੀ ਹੁੰਦਾ, ਉਹਦੇ ਨਾਲ ਇੱਕ ਗੰਨ ਨੋਰਮਲ ਆਹ ਆਉਂਦੀ ਹੈ, ਉਹਦੇ ਨਾਲ ਇੱਕ ਗੰਨ ਅਸੀਂ ਐਕਸਟਰਾ ਫ੍ਰੀ ਦੇਵਾਂਗੇ, ਕੋਈ ਵੀ ਪੰਪ ਦਿੰਦੇ ਹੋ। ਹਾਂਜੀ ਠੀਕ ਹੈ। ਅਤੇ ਜੇ ਕੋਈ ਕੱਲ੍ਹ ਨੂੰ ਕਿਸੇ ਵੀਰ ਨੂੰ ਪ੍ਰੋਬਲਮ ਆਉਂਦੀ ਹੈ ਕੋਈ ਸਪੇਅਰ ਪਾਰਟ ਦੀ ਜਾਂ ਰਿਪੇਅਰ ਦੀ, ਤਾਂ ਉਹ ਤੁਹਾਡੇ ਕੋਲ ਫੈਸਿਲਿਟੀ ਅਵੇਲੇਬਲ? ਇਹਦੇ ਵਿੱਚ ਇੱਕ ਸਾਲ ਦੀ ਅਸੀਂ ਗਰੰਟੀ ਦਿੰਦੇ ਹਾਂ, ਵਾਰੰਟੀ ਨਹੀਂ ਹੈਗੀ, ਗਰੰਟੀ ਹੈ। ਕੋਈ ਵੀ ਚੀਜ਼ ਦੀ ਦਿੱਕਤ ਆਊਗੀ ਅਸੀਂ ਫ੍ਰੀ ਆਫ ਕੋਸਟ ਚੇਂਜ ਕਰਕੇ ਦੇਵਾਂਗੇ। ਠੀਕ ਹੈ। ਅਗਰ ਰਿਪੇਅਰੇਬਲ ਹੋਏਗੀ ਤਾਂ ਰਿਪੇਅਰ ਕਰਕੇ ਦੇਵਾਂਗੇ, ਉਹਦਾ ਕੋਈ ਪੈਸਾ ਨਹੀਂ ਲਵਾਂਗੇ। ਠੀਕ ਹੈ। ਅਗਰ ਕੋਈ ਚੀਜ਼ ਬਦਲਣ ਵਾਲੀ ਹੋਏਗੀ ਤਾਂ ਬਦਲ ਕੇ ਦੇਵਾਂਗ੾। ਠੀਕ ਹੈ। ਇਹਦੇ ਵਿੱਚ ਦੋ ਗੰਨਾਂ ਹੋਣਗੀਆਂ। ਠੀਕ ਹੈ। ਤਾਂ ਜੇ ਤੁਸੀਂ ਸਾਡੇ ਸੰਧੂ ਮੂਵੀ ਸਟੂਡੀਓ ਦੇ ਚੈਨਲ ਦੇ ਦੁਆਰਾ ਇਹਨਾਂ ਨਾਲ ਸੰਪਰਕ ਕਰਦੇ ਹੋ ਤਾਂ ਇਹ ਵੀਰ ਜੀ ਤੁਹਾਨੂੰ ਇੱਕ ਖਾਸ ਕਨਸੈਸ਼ਨ ਦੇਣਗੇ ਰੇਟ 'ਤੇ, ਇਸ ਚੀਜ਼ ਦਾ ਫਾਇਦਾ ਉਠਾ ਸਕਦੇ ਹੋ। ਅਤੇ ਇੱਕ ਤੁਸੀਂ ਆਪਣੀ ਫਰਮ ਦਾ ਨਾਮ ਦੱਸ ਦਿਓ ਜੀ। ਹਾਂਜੀ, ਸਾਡੀ ਫਰਮ ਦਾ ਨਾਮ ਹੈਗਾ ਹਾਰਵੈਸਟ ਇੰਡੀਅਨ ਫਾਰਮਰ ਐਗਰੋ ਇੰਜੀਨੀਅਰਸ। ਠੀਕ ਹੈ ਜੀ। ਇਹ ਕਿੱਥੇ ਕੁ ਪੈ ਜਾਂਦੀ ਹੈ? ਅਹਿਮਦਗੜ੍ਹ ਜਗੇੜਾ ਰੋਡ ਆਪੋਜਿਟ ਜਗਦੀਸ਼ ਧਰਮਕੰਡਾ। ਠੀਕ ਹੈ ਜੀ। ਇਹ ਜਗਦੀਸ਼ ਧਰਮਕੰਡੇ ਦੇ ਬਿਲਕੁਲ ਸਾਹਮਣੇ ਹੈ ਜੀ। ਠੀਕ ਹੈ ਜੀ। ਹਾਂਜੀ ਠੀਕ ਹੈ। ਅਤੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜਿਸ ਵੀ ਚੀਜ਼ ਦੀ ਤੁਹਾਨੂੰ ਲੋੜ ਹੈ, ਸਾਰਿਆਂ ਦੇ ਪ੍ਰਾਈਜ਼ ਜਾਣ ਲੈਂਦੇ ਹਾਂ। ਅਤੇ ਵੀਰ ਜੀ ਇੱਕ ਵਾਰੀ ਸਾਨੂੰ ਪ੍ਰਾਈਜ਼ ਦੱਸ ਦਿਓ ਸਾਰੀ ਆਈਟਮਾਂ ਦੇ। ਆਪਣੇ ਕੋਲ ਜਿਹੜਾ ਟੂ ਸਟੋਕ ਮਾਡਲ ਹੈ ਉਹ 6500 ਤੋਂ ਲੈ ਕੇ 9000 ਤੱਕ ਜਾਂਦਾ ਜੀ। ਜਿਹੜਾ ਆਹ ਮਾਡਲ ਹੈ ਇਹ 8000 ਰੁਪਏ ਦਾ, ਜਿਹੜਾ ਵੀਰ ਜੀ ਕੋਲ ਕਲਸੀ ਦਾ ਪੰਪ ਹੈ ਡਬਲ ਸਕਸ਼ਨ ਵਾਲਾ, ਇਹ 8800 ਰੁਪਏ ਦਾ ਵਾ। ਠੀਕ ਹੈ ਜੀ। ਇਹਦੇ ਨਾਲ ਅਸੀਂ ਡਬਲ ਸਮਾਨ ਦਿੰਦੇ ਹਾਂ। ਠੀਕ ਹੈ ਜੀ। ਹਾਂਜੀ। ਉਸ ਤੋਂ ਬਾਅਦ 4 ਸਟੋਕ ਇਹ ਸਾਰੇ ਟਰਨ ਵਾਈਜ਼ ਦੱਸ ਦਿਓ ਜੀ, ਕਈ ਮਾਡਲ ਪਿਆ ਜਿਹੜਾ ਆਪਣਾ। ਹਾਂਜੀ। ਇਹਦਾ ਇਹਦਾ ਪ੍ਰਾਈਜ਼ ਕਿੰਨੇ ਤੋਂ ਸਟਾਰਟ ਹੈ, ਕਿੰਨੇ ਤੱਕ ਹੈ ਜੀ? ਇਹ ਆਪਾਂ ਨੋਰਮਲੀ 12000 ਤੋਂ ਲੈ ਕੇ 25000 ਤੱਕ ਜਾਂਦਾ ਜੀ। ਠੀਕ ਹੈ ਜੀ। ਇਹ ਮਤਲਬ ਜਿਹੜਾ ਡੱਗ ਵਾਸਤੇ ਵਰਤਦੇ? ਹਾਂਜੀ, ਜਿਹੜਾ ਕਮਰਸ਼ੀਅਲ ਯੂਜ਼ ਹੋ ਜਾਂਦਾ। ਠੀਕ ਹੈ ਜੀ। ਤੇ ਕਾ ਅੱਗੇ ਮਾਡਲ? ਇਹ ਮਾਡਲ ਜੀ ਆਪਣਾ 8500 ਤੋਂ ਲੈ ਕੇ 13000 ਤੱਕ ਜਾਂਦਾ ਜੀ। ਠੀਕ ਹੈ ਜੀ। ਤੇ ਇਹ ਵਾਲੇ ਜਿਹੜੇ ਪਏ ਨੇ ਜੀ, ਇਹ HTP ਸਪਰੇਅਰ ਨੇ ਜਿਹੜੇ, ਇਹ ਆਪਣੇ 4500 ਤੋਂ ਲੈ ਕੇ 22000 ਤੱਕ ਜਾਂਦੇ ਨੇ ਜੀ। ਠੀਕ ਹੈ। ਮਤਲਬ ਉਹਦੇ ਚ ਕੁਆਲਿਟੀ ਦਾ ਡਿਫਰੈਂਸ? ਕੁਆਲਿਟੀ ਦਾ, ਪੰਪ ਦਾ ਸਾਈਜ਼ ਦਾ ਫਰਕ ਹੈ। ਹਾਂਜੀ। ਤੇ ਇਹ ਵਾਲਾ ਬੈਟਰੀ ਵਾਲਾ ਪੰਪ ਹੈ ਜੀ? ਬੈਟਰੀ ਵਾਲਾ ਪੰਪ ਹੀ ਸਿੰਗਲ ਮੋਟਰ ਹੈਗਾ ਜੀ, ਉਹ 2400 ਤੋਂ ਲੈ ਕੇ 3000 ਤੱਕ ਆ। ਜਿਹੜਾ ਡਬਲ ਮੋਟਰ ਆ ਉਹ 3500 ਤੋਂ ਲੈ ਕੇ 4200 ਤੱਕ। ਮਤਲਬ ਡਬਲ ਮੋਟਰ ਦਾ ਕਹਿੰਦਾ ਭਾਵ ਹੈ ਜੀ, ਉਹਦੇ ਨਾਲ ਤੁਹਾਡਾ ਪ੍ਰੈਸ਼ਰ ਬਹੁਤ ਵੱਜੇਗਾ। ਹਾਂਜੀ। ਜੇ ਤੁਸੀਂ ਡਬਲ ਮੋਟਰ ਲੈਨੇ ਹੋ ਤੇ ਉਸ ਤੋਂ ਅੱਗੇ ਜੀ ਆ ਗਿਆ ਜੀ ਆਪਣਾ ਜਿਹੜਾ ਆਮ ਯੂਜ਼ ਵਾਸਤੇ ਘਰ AC ਸਰਵਿਸ, ਜੇ ਆਪਾਂ ਮੱਝਾਂ ਮੁੱਝਾਂ ਨਵਾਉਣੀਆਂ ਜਾਂ ਗੱਡੀਆਂ ਜਾਂ ਕੰਧਾਂ ਦੀ ਤਰਾਈ ਕਰਨੀ ਹੈ। ਹਾਂਜੀ। ਤੇ ਉਹਦੇ ਵਾਸਤੇ ਯੂਜ਼ ਹੁੰਦਾ ਜੀ ਇਹਦਾ? ਕਿੱਥੋਂ ਸਟਾਰਟ ਹੈ ਜੀ? ਇਹ 4500 ਤੋਂ ਲੈ ਕੇ ਜੀ 7000 ਤੱਕ ਜਾਂਦਾ ਜੀ। ਠੀਕ ਹੈ ਜੀ। ਹਾਂਜੀ ਠੀਕ ਹੈ। ਤੇ ਇੱਕੋ ਆ ਗਿਆ ਜੀ ਇੱਕ ਆਪਣਾ ਆਹ ਪੰਪ ਆ ਗਿਆ ਜੀ ਅੱਗੇ। ਹਾਂਜੀ। ਇਹਦਾ ਕੀ ਪ੍ਰਾਈਜ਼ ਹੈ ਜੀ? ਇਹ 11500 ਦਾ ਜੀ। ਠੀਕ ਹੈ ਜੀ।
ਤੇ ਇੱਕ ਆਪਣਾ ਵਾਲਾ ਜੀ ਅੱਗੇ ਆ ਗਿਆ ਇਹ 786 ਮਾਡਲ ਹੈ ਜੀ ਜਿਹੜਾ ਟਾਪ ਮਾਡਲ ਮੰਨਿਆ ਜਾਂਦਾ ਵਾ ਹੋਂਡਾ ਕਾਪੀ ਦਾ ਇੰਜਨ ਇਹਦੇ ਵਿੱਚ ਹੈਵੀ ਸਾਰਾ ਕੁਝ ਪੰਪ ਵੀ ਹੈਵੀ ਟੈਂਕੀ ਵੀ ਹੈਵੀ ਪੰਪ ਵੀ ਹੈਵੀ ਤੇ ਇੱਕ ਅੱਗੇ ਆਪਣਾ ਆ ਪਿਆ ਜੀ ਇਹਦੇ ਨਾਲ ਅਸੀਂ ਇਟਾਲੀਅਨ ਗਨ ਫ੍ਰੀ ਦਿੰਦੇ ਆ ਜੋ ਕਿ ਮੈਂ ਤੁਹਾਨੂੰ ਦਿਖਾ ਸਕਦਾ ਹਾਂਜੀ ਆ ਦੇਖੋ ਜੀ ਇਹ ਇਟਾਲੀਅਨ ਗਨ ਹੈ ਜਿਹੜੀ ਕੱਲਿਓ ਗਨ 1000 ਰੁਪਏ ਦੀ ਹੈ ਇਹ ਬਿਲਕੁਲ ਅਸੀਂ ਫ੍ਰੀ ਦਿੰਦੇ ਆ ਇਹ ਕਿਹੜੇ ਮਾਡਲ ਵਾਲੇ ਜੀ ਇਹ 786 ਮਾਡਲ ਹੈ ਜਿਹੜਾ ਅੱਛਾ ਇਹਦੇ ਨਾਲ ਉਹ ਦੂਸਰਾ ਅੱਛਾ ਇਹਦੇ ਨਾਲ ਇਹਦੇ ਨਾਲ ਜੀ ਇਹ ਗਨ ਜਿਹੜੀ 1000 ਰੁਪਏ ਦੀ ਵੀਰ ਜੀ ਕਹਿੰਦੇ ਫ੍ਰੀ ਹੈ ਆਪਣੇ ਕੋਲ ਸਾਰੇ ਤਰ੍ਹਾਂ ਦੇ ਪੰਪ ਹੁੰਦੇ ਨੇ ਚਾਹੇ ਟਰੈਕਟਰ ਵਾਲੇ ਪੰਪ ਲੈ ਲਓ 1000 ਲੀਟਰ 2000 ਲੀਟਰ 500 ਲੀਟਰ ਬੈਟਰੀ ਵਾਲੇ ਪੰਪ ਵੀ ਹੁੰਦੇ ਨੇ ਆਪਣੇ ਕੋਲ ਪੈਟਰੋਲ ਵਾਲੇ 25 ਲੀਟਰ ਦੇ ਟੈਂਕ ਵਾਲੇ ਵੀ ਹੁੰਦੇ ਨੇ ਕੇ ਮਤਲਬ 1 ਲੀਟਰ ਤੋਂ ਲੈ ਕੇ ਆਪਣੇ ਕੋਲ 2000 ਲੀਟਰ ਤੱਕ ਸਾਰੇ ਪੰਪ ਹੁੰਦੇ ਨੇ ਕੇ ਬਾਈ ਜੀ ਆਪਣਾ ਕਦੋਂ ਕੋ ਤੋਂ ਆਪਾਂ ਇਹ ਬਣਾ ਰਹੇ ਆਪਾਂ ਇਹ 2 ਸਾਲ ਤੋਂ ਬਣਾ ਰਹੇ ਆਪਾਂ ਇਹ ਠੀਕ ਹੈ ਤੇ ਆਪਣਾ ਰਜਿਸਟਰਡ ਹੈ ਜੀ ਹਾਂਜੀ ਰਜਿਸਟਰਡ ਹੈ ਠੀਕ ਹੈ ਜੀ ਤੇ ਇੱਕ ਵਾਰੀ ਸਾਨੂੰ ਨਾ ਜਿਹੜੇ ਵੀ ਇੱਥੇ ਪਹੁੰਚੇ ਤੁਹਾਡੇ ਕੋਲ ਪਏ ਆ ਫਿਲਹਾਲ ਨਾ ਉਹ ਤੋਂ ਤੁਸੀਂ ਇੱਕ ਵਾਰੀ ਇੰਟਰੋਡਿਊਸ ਕਰਾ ਦਿਓ ਸਾਨੂੰ ਹਾਂਜੀ ਜੀ ਇਹ ਜਿਹੜਾ ਪੰਪ ਪਿਆ ਜੀ ਇਹ 2 ਸਟੋਕ ਪੰਪ ਹੈ ਜੀ ਠੀਕ ਹੈ ਜੀ ਜਾਪਾਨ ਦੀ ਟੈਕਨੋਲੋਜੀ ਦੁਆਰਾ ਤਿਆਰ ਕੀਤਾ ਗਿਆ ਪੰਪ ਹੈ ਠੀਕ ਹੈ ਜੀ ਇਹਦੇ ਵਿੱਚ ਅਲਮੀਨੀਅਮ ਸਟਾਰਟਰ ਲੱਗਿਆ ਆ ਹੈਵੀ ਕ੍ਰੈਂਕ ਸ਼ਾਫਟ ਇੰਜਨ ਹੈ ਠੀਕ ਹੈ ਜੀ ਪੂਰਾ ਹੈਵੀ ਜਿਹੜਾ ਪੰਪ ਹੈ ਇਹ ਹਾਂਜੀ ਇਹ ਬਰਾਸ ਦਾ ਪੰਪ ਲੱਗਿਆ ਆ ਟੋਟਲੀ ਅੱਛਾ ਜੀ ਪੇਂਟ ਨਹੀਂ ਕੀਤਾ ਹੋਇਆ ਸਾਰਾ ਟੋਟਲੀ ਅੱਛਾ ਇਹ ਆਪਣਾ ਐਕਸਟਰਾ ਪਾਵਰ ਹੈ ਇਹਦਾ ਐਕਸਟਰਾ ਪਾਵਰ ਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਸਟੀਲ ਦਾ ਪਾਈਪ ਦਿੱਤਾ ਹੈ ਅੰਦਰ ਤੇ ਟਰਬੋ ਆ ਅੱਛਾ ਇਹ ਟਰਬੋ ਦਾ ਇਹ ਫਾਇਦਾ ਹੋਇਆ ਪਾਣੀ ਨੂੰ ਪ੍ਰੈਸ਼ਰ ਜਿਹੜਾ ਨਾਰਮਲ ਪੰਪ ਨਾਲੋਂ ਜ਼ਿਆਦਾ ਵਧੀਆ ਬਣਾਉਂਦਾ ਵਾ ਠੀਕ ਹੈ ਇਹਦੇ ਜਿਹੜੀ ਬੈਲਟ ਵੀ ਉਹ ਵੀ ਲੈਦਰ ਦੀ ਦਿੱਤੀ ਹੈ ਨਾਰਮਲ ਬੈਲਟ ਨਹੀਂ ਹੁੰਦੀ ਨਾਰਮਲ ਬੈਲਟ ਹਲਕੀ ਹੁੰਦੀ ਹੈ ਲੈਦਰ ਦੀ ਬੈਲਟ ਹੈ ਹਾਂਜੀ ਹਾਂਜੀ ਘੱਟੋ ਘੱਟ 5 ਸਾਲ ਕਿਤੇ ਨਹੀਂ ਆਉਂਦੀ ਠੀਕ ਹੈ ਹਾਂਜੀ ਬਾਕੀ ਜਿਹੜੀ ਦੀ ਬੋਡੀ ਹੈ ਹਾਂਜੀ ਪਲਾਸਟਿਕ ਇੰਨਾ ਹੈਵੀ ਕੁਆਲਿਟੀ ਦੇ ਵਿੱਚ ਬਣਾਇਆ ਆ ਕਿ ਗਿਰ ਵੀ ਜਾਵੇ ਪਾਣੀ ਪਰ ਹੀ ਜਲਦੀ ਟੁੱਟਦੀ ਨਹੀਂ ਜੀ ਠੀਕ ਹੈ ਹਾਂਜੀ ਤੇ ਇੱਕ ਆ ਅੱਗੇ ਆਪਣਾ ਮਾਡਲ ਪਿਆ ਜੀ ਇਹ ਕਿਹੜੇ ਕੰਮ ਆਉਂਦੇ ਇਹ ਕਾਰ ਵਾਸ਼ਰ ਹੈ ਜੀ ਇਹ ਆਪਾਂ ਕਮਰਸ਼ੀਅਲ ਦੇ ਵਿੱਚ ਵੀ ਯੂਜ਼ ਕਰ ਸਕਦੇ ਆ ਤੇ ਘਰ ਦੇ ਵਾਸਤੇ ਵੀ ਯੂਜ਼ ਕਰ ਸਕਦੇ ਆ ਠੀਕ ਹੈ ਇਹਦੇ ਵਿੱਚ 1 HP ਦੀ ਮੋਟਰ ਲੱਗੀ ਹੁੰਦੀ ਆ ਠੀਕ ਹੈ ਜੀ ਤੇ ਪੰਪ ਲੱਗਿਆ 48 ਨੰਬਰ ਇਹਦੇ ਵਿੱਚ ਇਹ ਫਾਇਦਾ ਵਾ ਆਪਾਂ ਜਿਵੇਂ ਘਰੇ ਡੰਗਰ ਨੂੰ ਗਰਵੀ ਨਵਾਉਣੇ ਆ ਉਹਦੇ ਨਾਲ ਇਹ ਵੀ ਨਵਾ ਸਕਦੇ ਆ ਟਰੈਕਟਰ ਆਪਣੇ ਟਰੈਕਟਰ ਤੋਂ ਸਕਦੇ ਹਲ ਤੋਂ ਸਕਦੇ ਜੋ ਕੁਝ ਮਰਜ਼ੀ ਕਰੋ ਟਰੈਕਟਰ ਜਿਵੇਂ ਆਪਣਾ ਕਾਫੀ ਲੱਪੜਿਆ ਹਨਾ ਉਹਨੂੰ ਮੈਂ ਪਸਾਬ ਕਰ ਸਕਦੇ ਆ ਵਗੈਰਾ ਵੀ ਸਾਰਾ ਕੁਝ ਧੋ ਸਕਦੇ ਆ ਠੀਕ ਹੈ ਇਹ ਮਤਲਬ ਹੈਵੀ ਚ ਆ ਗਿਆ ਨਾ ਇਹ ਕਮਰਸ਼ੀਅਲ ਦੇ ਵਿੱਚ ਆ ਗਿਆ ਇਹਦੇ ਵਿੱਚ ਜ਼ਿਆਦਾ ਇਹ ਜਿਵੇਂ ਆਪਣੇ ਛੋਟੇ ਮੋਟਰਸਾਈਕਲ ਰਿਪੇਅਰ ਵਾਲੇ ਦੁਕਾਨ ਵਾਲੇ ਨੇ ਕਿ ਡਿੱਗਾ ਵਗੈਰਾ ਤੇ ਜ਼ਿਆਦਾ ਯੂਜ਼ ਕਰਦੇ ਆ ਹਾਂਜੀ 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 ਠੀਕ ਹੈ ਜੀ ਤੇ ਇੱਕ ਆਪਣਾ ਅੱਗੇ ਮਾਡਲ ਪਿਆ ਜੀ ਇਹ ਚੀਜ਼ ਹੈ ਜੀ ਆਪਣਾ ਮਾਡਲ ਹੈਗਾ 380 ਅੱਛਾ ਜੀ ਇਹ ਸਭ ਤੋਂ ਹੈਵੀ ਕੁਆਲਿਟੀ ਦੇ ਵਿੱਚ ਪੰਪ ਬਣਿਆ ਹੋਇਆ ਆਪਣਾ ਆ ਦੇਖੋ ਇਹਦੇ ਵਿੱਚ ਟੋਟਲੀ ਕਿੰਨਾ ਹੈ ਕਾਪਰ ਦੀ ਮੋਟਰ ਹੈ 1 HP ਦੀ ਮੋਟਰ ਹੈ ਅੱਛਾ ਜਿਹੜਾ ਦਾ ਕੁਆਲਿਟੀ ਹੈ ਇਹਦੇ ਵਿੱਚ ਵਾਟਰਪ੍ਰੂਫ ਹੈ ਠੀਕ ਹੈ ਇਹਦੇ ਉੱਤੇ ਵੀ ਪਾਣੀ ਭਜੇ ਖਰਾਬ ਨਹੀਂ ਹੋਏਗਾ ਕਿਉਂਕਿ ਸੀਲਡ ਹੈ ਠੀਕ ਹੈ ਜੀ ਉਤੋਂ ਕੰਡੈਂਸਰ ਲੱਗਿਆ ਆ ਆਨ ਆਫ ਸਵਿਚ ਐਕਸਟਰਾ ਲੱਗੀ ਹੈ ਵਿਦ ਫਰੇਮ ਕਵਰ ਕੀਤਾ ਹੈ ਵਿਦ ਵੀਲ ਸਟੈਂਡ ਹੈ ਠੀਕ ਹੈ ਜੀ ਹਾਂਜੀ ਪ੍ਰੈਸ਼ਰ ਮੀਟਰ ਦਿੱਤਾ ਹੈ ਸਪੈਸ਼ਲੀ ਠੀਕ ਹੈ ਜੀ ਇਹਦੇ ਨਾਲ 30 ਫੁੱਟ ਪਾਈਪ ਨਾਲ ਹੁੰਦਾ ਵਾ ਇੱਕ ਆਊਟਲੈਟ ਹੁੰਦਾ ਇੱਕ ਇਨਲੈਟ ਇਨਲੈਟ ਹੁੰਦਾ ਵਾ ਠੀਕ ਹੈ ਜੀ HTP ਸਪਰੇਅਰ ਨੇ ਜਿਹਨਾਂ ਨੂੰ ਆਪਾਂ ਮਾਊਂਟਨ ਸਪਰੇਅਰ ਦੇ ਵਿੱਚ ਫਿੱਟ ਕਰਕੇ ਚਲਾਇਆ ਜਾਂਦਾ ਜਿਵੇਂ ਆਪਾਂ ਇਹਦੇ ਨਾਲ ਚਾਹੇ 1000 ਫੁੱਟ ਪਾਈਪ ਵੀ ਲੱਗ ਜਾਂਦਾ ਵਾ ਤੇ 2000 ਫੁੱਟ ਵੀ ਪਾਈਪ ਲੱਗ ਜਾਂਦਾ ਇਹਦੇ ਵਿੱਚ ਕੁਆਲਿਟੀ ਇਹ ਨਹੀਂ ਕਿ ਇੱਕ ਗਰੀਸ ਫ੍ਰੀ ਵਾਲਾ ਆਉਂਦਾ ਵਾ ਜਿਹਦੇ ਸੈਰਾਮਿਕ ਦਾ ਪਲੰਜਰ ਹੁੰਦਾ ਵਾ ਠੀਕ ਹੈ ਜੀ ਇਹਦੇ ਵਿੱਚ ਗਰੀਸ ਵਾਲਾ ਇਹਦੇ ਵਿੱਚ ਗਰੀਸ ਵਾਲੇ ਕੱਪ ਦਿੱਤੇ ਹੁੰਦੇ ਨੇ ਇਹ ਗਰੀਸ ਦੇ ਕੇ ਚੱਲਦਾ ਇਹਦੀ ਲਾਈਫ ਇਹਦੇ ਨਾਲੋਂ ਜ਼ਿਆਦਾ ਵਾ ਠੀਕ ਹੈ ਠੀਕ ਹੈ ਇਹ ਮਤਲਬ ਜੇ 5 ਸਾਲ ਦੀ ਲਾਈਫ ਉਹਦੀ 10 ਸਾਲ ਦੀ ਲਾਈਫ ਠੀਕ ਹੈ ਇਸ ਤੋਂ ਬਾਅਦ ਇਹ ਛੋਟਾ ਪੰਪ ਆ ਗਿਆ ਉਹ ਸੇਮ ਚੀਜ਼ ਕਿ ਡਬਲ ਤੇ ਸਿੰਗਲ ਮੋਟਰ ਮਤਲਬ ਵੀ ਪ੍ਰੈਸ਼ਰ ਵੱਧ ਇਹਦਾ ਪ੍ਰੈਸ਼ਰ ਇਹਦਾ ਇੱਕ ਜੇ ਆਪਾਂ ਸਿੰਗਲ ਮੋਟਰ ਤੇ ਚਲਾਉਨੇ ਆ ਜਿਹਦਾ 15 ਫੁੱਟ ਤੱਕ ਪ੍ਰੈਸ਼ਰ ਜਾਂਦਾ ਵਾ ਜੇ ਡਬਲ ਮੋਟਰ ਚਲਾਉਨੇ 30 ਤੋਂ 35 ਫੁੱਟ ਤੱਕ ਪ੍ਰੈਸ਼ਰ ਜਾਂਦਾ ਵਾ ਅੱਛਾ ਇੰਨੀ ਦੂਰ ਜਾਂਦਾ ਇੰਨੀ ਦੂਰ ਜਾਂਦਾ ਜੀ ਵਧੀਆ ਫੁੱਲ ਪ੍ਰੈਸ਼ਰ ਹੈ ਹਾਂਜੀ ਪੂਰਾ ਪ੍ਰੈਸ਼ਰ ਹੈ ਇਹਦੀ ਲਾਈਫ ਹੈ ਜਿਹੜੀ 5 ਸਾਲ ਦੀ ਲਾਈਫ ਆ ਇਹਦੇ ਵਿੱਚ ਬੈਟਰੀ ਜਿਹੜੀ ਲੀਥੀਅਮ ਬੈਟਰੀ ਹੈ ਅੱਛਾ ਜੀ ਇਹਦਾ ਇਹ ਫਾਇਦਾ ਵਾ ਇਹਦੇ ਨਾਲ ਅਸੀਂ ਆ ਨੋਜ਼ਲ ਵੀ ਫ੍ਰੀ ਦਿੰਨੇ ਆ ਤੁਹਾਨੂੰ ਦਿਖਾਵਾਂਗੇ ਵੀ ਚਲਾ ਕੇ ਵੀ ਅਸੀਂ ਠੀਕ ਹੈ ਜੀ ਆ ਦੇਖੋ ਇਹਦੇ ਵਿੱਚ ਇੱਕ ਸਿੰਗਲ ਮੋਟਰ ਆ ਇੱਕ ਡਬਲ ਮੋਟਰ ਆ ਠੀਕ ਹੈ ਆ ਦੇਖੋ ਆ ਸਿੰਗਲ ਮੋਟਰ ਆ ਜੀ ਇਹਦੇ ਚ ਆ ਡਬਲ ਮੋਟਰ ਆ ਜੀ ਦੇ ਸਕਦੇ ਹੋ ਕਾਫੀ ਦੂਰ ਤੱਕ ਮਿਲ ਲੱਗਦਾ ਵੀ ਜਾ ਰਿਹਾ ਦਾ ਪ੍ਰੈਸ਼ਰ ਇਹ ਸਿੰਗਲ ਮੋਟਰ ਹੈ ਨਾ ਹਾਂਜੀ ਠੀਕ ਹੈ ਇਹ ਡਬਲ ਮੋਟਰ ਇਹ ਪੰਪ ਆ ਜਿਹੜਾ ਇਹ ਡਬਲ ਮੋਟਰ ਆ ਠੀਕ ਹੈ ਮਤਲਬ ਤੁਸੀਂ ਆਪਣੀ ਵਰਤੋਂ ਦੇ ਹਿਸਾਬ ਨਾਲ ਸਿੰਗਲ ਡਬਲ ਮੋਟਰ ਦੋਨੇ ਚਲਾ ਸਕਦੇ ਜੋ ਆਪਣੇ ਕਿਸਾਨ ਭਾਈ ਵੀਰ ਨੂੰ ਪਸੰਦ ਹੁੰਦਾ ਉਹ ਆਪਣੀ ਰਜਾਮੰਦੀ ਨਾਲ ਲੈ ਜਾਂਦਾ ਪ੍ਰੈਸ਼ਰ ਵਧਾ ਘਟਾ ਸਕਦੇ ਤੁਹਾਡੇ ਕੋਲ ਆਪਸ਼ਨ ਹੈ ਇੱਕ ਹਾਂਜੀ ਹਾਂਜੀ ਠੀਕ ਹੈ ਜੀ ਤੇ ਆ ਇਹਨੇ ਸਾਨੂੰ ਟਰੈਕਟ ਕਰਿਆ ਜੀ ਇਹ ਜੰਤਰ ਇਹਦੇ ਇਹਨੂੰ ਦੇਖ ਕੇ ਅਸੀਂ ਰੁਕੇ ਆ ਤੇ ਇਹਦੇ ਬਾਰੇ ਵੀ ਸਾਨੂੰ ਦੱਸ ਦਿਓ ਜੀ ਇੱਕ ਵਾਰੀ ਇਹ ਚੀਜ਼ ਹੈ ਕਿ ਕਾਰ ਵਾਸ਼ਰ ਠੀਕ ਹੈ ਜੀ ਇਹ ਨਾਰਮਲੀ ਆਪਣੇ ਚਾਈਨੀਜ਼ ਜਿਹੜਾ ਹੁੰਦਾ ਹੈ ਹਾਂਜੀ ਉਹ 4500 ਰੁਪਏ ਤੋਂ ਸਟਾਰਟ ਹੋ ਜਾਂਦਾ ਉਹਦੀ ਲਾਈਫ ਨਹੀਂ ਹੁੰਦੀ ਠੀਕ ਹੈ ਜੀ ਉਹ ਮਹੀਨੇ ਤੋਂ 2 ਮਹੀਨੇ ਦੇ ਵਿੱਚ ਖਰਾਬ ਹੋ ਜਾਂਦਾ ਇਹਦੇ ਵਿੱਚ ਸਾਡੇ ਕੋਲ 2-3 ਤਰ੍ਹਾਂ ਦੇ ਮਾਡਲ ਨੇਗੇ ਠੀਕ ਹੈ ਜੀ ਇਹ ਨਾਰਮਲੀ ਕਾਪਰ 'ਚ ਵੀ ਆਉਂਦਾ ਵਾ ਸਿਲਵਰ ਦੇ ਵਿੱਚ ਵੀ ਆਉਂਦਾ
ਇਹਦਾ ਪ੍ਰੈਸ਼ਰ ਥੱਲੇ ਮਾਰ, ਨੀਚੇ ਮਾਰ, ਨੀਚੇ ਮਿੱਟੀ 'ਤੇ ਮਾਰ ਦੇ। ਠੀਕ ਹੈ ਜੀ, ਦੇਖੋ ਕਾਫੀ ਤੇਜ਼ ਪ੍ਰੈਸ਼ਰ ਹੈ ਨਾ ਜੀ। ਹਾਂਜੀ, ਦੇਖੋ ਕਿਵੇਂ ਮਤਲਬ ਫਰਕ ਵੀ ਪੱਟ ਰਿਹਾ ਵਾ। ਠੀਕ ਹੈ, ਇਹਦੇ ਵਿੱਚ ਆਪਾਂ ਜਿਵੇਂ ਮੱਝਾਂ ਨੂੰ ਮਾਰ ਸਕਦੇ ਹਾਂ ਇਹਦੇ ਨਾਲ, ਕਿਉਂਕਿ ਜਿਹੜੇ ਮਿਸਤਰੀ ਕੰਧਾਂ 'ਤੇ ਲਪਾਈ ਆਪਣੇ ਕੰਧਾਂ ਤਾਰ ਕਰਦੇ ਹੁੰਦੇ ਸੀ ਪਾਣੀ ਨਾਲ, ਅੱਜ ਕੱਲ੍ਹ ਇਹਦੇ ਨਾਲ ਚੱਲ ਰਿਹਾ ਵਾ। ਅੱਛਾ, ਹੁਣ ਇਹ ਯੂਜ਼ ਕਰਦੇ ਨੇ? ਹਾਂ, ਇਹ ਯੂਜ਼ ਕਰਦੇ, ਨਾਲੇ ਏ ਸੀ ਸਰਵਿਸ ਵੀ ਅੱਜ ਕੱਲ੍ਹ ਕਹਿੰਦੇ ਸੀ ਅਸੀਂ ਏ ਸੀ ਸਰਵਿਸ ਕਰਾਉਣੀ ਹੈ। ਨੋਰਮਲੀ ਆਪਾਂ ਘਰੇ ਵੀ ਇਹਨੂੰ ਲੈ ਕੇ ਆਪਾਂ ਏ ਸੀ ਸਰਵਿਸ ਕਰ ਸਕਦੇ ਹਾਂ। ਮਤਲਬ ਤੁਸੀਂ ਇਹ ਮੱਝਾਂ ਵੀ ਨਵਾ ਸਕਦੇ ਹੋ, ਆਪਣੀਆਂ ਗੱਡੀਆਂ ਵੀ ਧੋ ਸਕਦੇ ਹੋ, ਏ ਸੀ ਵੀ ਇਹਦੇ ਨਾਲ ਸਰਵਿਸ ਕਰ ਸਕਦੇ ਹੋ। ਹਾਂਜੀ, ਕਾਫੀ ਕੰਮ ਆਉਂਦਾ ਜੀ ਆਪਣੇ ਇਹਦੇ ਨਾਲ। ਆਪਾਂ ਜਿਵੇਂ ਅੱਗੇ ਆਪਾਂ ਕਿਸੇ ਗੱਡੀ ਧੋਣੀ ਹੁੰਦੀ ਹੈ, ਬਾਈਕ ਧੋਣਾ, ਆਪਾਂ ਨੂੰ 2-3 ਘੰਟੇ ਵੇਟ ਕਰਨੀ ਪੈਂਦੀ ਸੀਗੀ ਨੋਰਮਲੀ, ਨਾਲੇ ਆਪਾਂ ਪੈਸੇ ਦੇ ਕੇ ਉਹਨਾਂ ਨੇ ਟਾਈਮ ਖਰਾਬ ਕਰਕੇ। ਇਹਦੇ ਨਾਲ ਆਪਾਂ ਨਾਲੇ ਨਾ ਟਾਈਮ ਖਰਾਬ ਹੁੰਦਾ ਵਾ, ਨਾ ਇਹਦੀ ਪਾਣੀ ਦੀ ਵੇਸਟਿੰਗ ਹੈ, ਨਾ ਇਹ ਬਿਜਲੀ ਦੀ ਵੇਸਟਿੰਗ ਕਰ, ਕਿਉਂਕਿ ਇਹ ਆਟੋ ਕੱਟ ਹੈ, ਜਦੋਂ ਆਪਾਂ ਟ੍ਰਿਗਰ ਦੱਬਾਂਗੇ ਉਦੋਂ ਹੀ ਮੋਟਰ ਚੱਲਣੀ ਹੈ, ਉਦੋਂ ਇਹਦਾ ਪਾਣੀ ਚੱਲਣਾ ਵਾ। ਤੁਸੀਂ ਕਾਰ ਵਾਸ਼ ਹੈ ਜੈਲ ਨਾਲ, ਇਹ ਮੱਝਾਂ ਦਾ ਵੀ ਯੂਜ਼ ਹੋ ਜਾਂਦੀ ਹੈ? ਹਾਂਜੀ, ਮੱਝਾਂ ਦੀ ਨੋਰਮਲੀ ਆਪਾਂ ਮੱਝਾਂ ਨੂੰ ਵੀ ਧੁਆਦੇ ਆ। ਇਹ ਸ਼ੈਂਪੂ ਇਹਨਾਂ ਨੈਚੁਰਲ ਸ਼ੈਂਪੂ, ਹਰਬਲ ਸ਼ੈਂਪੂ ਆ, ਮਤਲਬ ਇਹਨਾਂ ਇਹਦੇ ਵਿੱਚ ਕਾਫੀ ਤਰ੍ਹਾਂ ਦੇ ਸ਼ੈਂਪੂ ਆਉਂਦੇ ਜੀ, ਡੰਗਰਾਂ ਵਾਸਤੇ ਵੀ ਆ, ਅਲੱਗ ਅਲੱਗ, ਕੋਈ ਨੁਕਸਾਨ ਨਹੀਂ ਹੈਗਾ। ਠੀਕ ਹੈ, ਇਹ ਤੁਸੀਂ ਇੱਕ ਨਾਲ ਫ੍ਰੀ ਦੇ ਰਹੇ ਹੋ? ਇਹ ਆਪਾਂ ਫੋਮ ਬੋਟਲ 200 ml ਦੀ ਫੋਮ ਬੋਟਲ ਹੈ, ਜੋ ਕਿ ਬਿਲਕੁਲ ਫ੍ਰੀ ਦੇ ਰਹੇ ਹਾਂ ਆਪਾਂ। ਠੀਕ ਹੈ, ਹਾਂਜੀ, ਅਤੇ ਉਸ ਤੋਂ ਅੱਗੇ ਜੀ ਕਾਹ ਵਾਲਾ ਵੱਡਾ ਮਾਡਲ ਪਿਆ ਜੀ, ਆਪਣਾ ਨੈਪਸੈਕ ਆ ਗਿਆ ਜੀ, ਜਿਹਨੂੰ ਆਪਾਂ ਪਾਵਰ ਸਪਰੇ ਪੰਪ ਕਹਿੰਦੇ ਹਾਂ। ਠੀਕ ਹੈ ਜੀ, ਇਹਦੇ ਵਿੱਚ ਕਾਫੀ ਤਰ੍ਹਾਂ ਦੀਆਂ ਕੁਆਲਿਟੀਆਂ ਨੇਗੀਆਂ, ਆਪਣੇ ਕੋਲ 10-15 ਤਰ੍ਹਾਂ ਦੀਆਂ ਕੁਆਲਿਟੀਆਂ ਨੇ ਇਹਦੇ ਵਿੱਚ। ਠੀਕ ਹੈ ਜੀ, ਜਿਹੜਾ ਟੌਪ ਮਾਡਲ ਆ ਹੁਣ ਦੇ ਅੱਜ ਦੇ ਟਾਈਮ ਦੇ ਵਿੱਚ, ਇਹ ਚੀਜ਼ ਆ ਲੇਟੈਸਟ ਆਈ ਹੈ। ਅੱਛਾ ਜੀ, ਇਹਦੇ ਵਿੱਚ ਜਿਹੜੀ ਟੈਂਕੀ ਆ, ਮਤਲਬ ਨੋਰਮਲ ਟੈਂਕੀ ਵੀ ਸ਼ੇਪ ਤੋਂ ਵੀ ਹੈਵੀ ਟੈਂਕੀ ਹੈ ਇਹਦੇ ਵਿੱਚ। ਠੀਕ ਹੈ ਜੀ, ਠੀਕ ਹੈ, ਐਂਡ ਬੈਲਟ ਵੀ ਨੋਰਮਲ ਬੈਲਟ ਨਾਲੋਂ, ਲੈਦਰ ਬੈਲਟ ਨਾਲੋਂ ਹਾਰਡ ਬੈਲਟ ਆ। ਠੀਕ ਹੈ, ਇਹਦੇ ਨਾਲ ਚੱਕਣਾ ਵੀ ਈਜ਼ੀ ਹੈ, ਮਤਲਬ ਸ਼ੋਲਡਰ ਤੇ ਪੇਨ ਵੀ ਨਹੀਂ ਹੁੰਦੀ। ਇਹਦੇ ਵਿੱਚ ਫਰਕ ਕੀ ਹੈ ਜੀ, ਇੰਜਨ ਉੰਜਨ ਚ ਕੀ ਫਰਕ ਹੈ ਜਾਂ ਇੰਜਨ ਸੇਮ ਹੈ? ਇਹਨਾਂ ਦੋਨਾਂ ਦਾ ਇੰਜਨ ਸੇਮ ਹੈ। ਅੱਛਾ, ਇਹਦੇ ਫਰਕ ਇਹ ਆ, ਜਿਹੜਾ ਦਾ ਬੋਡੀ ਹੈ ਪੰਪ ਦੀ, ਜਿਹੜਾ ਦਾ ਪੰਪ ਦਾ ਵੀ ਫਰਕ ਹੈ ਦੋਨਾਂ ਦਾ ਪਿੱਛੋਂ। ਠੀਕ ਹੈ, ਇੰਜਨ ਸੇਮ ਹੈ, ਪੰਪ ਦਾ ਬਹੁਤ ਫਰਕ ਹੈ, ਇਹਦੇ ਵਿੱਚ ਕੁਆਲਿਟੀ ਦਾ ਫਰਕ ਹੈ। ਜਿਵੇਂ ਇਹਦੇ ਵਿੱਚ ਟਰਬੋ ਲੱਗੀ ਹੈ ਅਤੇ ਪਾਈਪ ਵੀ ਸਟੀਲ ਦਾ ਵਾ, ਨੋਰਮਲੀ ਜਿਹੜਾ ਪਾਈਪ ਆ ਜਦੋਂ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਟਰਬੋ ਨਾਲੋਂ, ਜਿਹੜਾ ਰਬੜ ਦਾ ਪਾਈਪ ਹੁੰਦਾ ਉਹ ਫਟ ਜਾਂਦਾ ਵਾ, ਇਸ ਕਰਕੇ ਇਹਦੇ ਵਿੱਚ ਸਟੀਲ ਦਾ ਪਾਈਪ ਦਿੱਤਾ ਹੋਇਆ। ਮੈਂ ਤੁਹਾਨੂੰ ਦਿਖਾਉਣਾ ਜੀ ਇੱਕ ਮਿੰਟ। ਠੀਕ ਹੈ, ਆਹ ਬਿੰਦਰ ਸਟੀਲ ਦਾ ਪਾਈਪ ਦਿਖਾਈ, ਆਹ ਦੇਖੋ ਜੀ, ਇਹਦੇ ਵਿੱਚ ਟਰਬੋ ਵੀ ਦਿੱਤੀ ਹੋਈ ਆ, ਜਿਹੜਾ ਪਾਈਪ ਹੈ ਸਟੀਲ ਦਾ ਦਿੱਤਾ ਹੋਇਆ ਵਾ, ਜਿਹੜਾ ਇੰਜਨ ਹੈ 35 cc ਦਾ ਇੰਜਨ ਹੈ। ਠੀਕ ਹੈ, ਇਹਦੀ ਆਇਲ ਕੰਜਪਸ਼ਨ ਦੀ ਆਪਾਂ ਗੱਲ ਕਰੀਏ ਜੀ, ਜਿਹੜਾ 2-stroke ਹੈ, ਹਾਂਜੀ, ਉਹ 1 ਲੀਟਰ ਦੇ ਵਿੱਚ 20 ਟੋਲੀਆਂ ਕਰਦਾ, ਇਹ 35-40 ਟੋਲੀਆਂ ਕਰ ਦਿੰਦਾ 1 ਲੀਟਰ ਦੇ ਵਿੱਚ। ਠੀਕ ਹੈ, ਮਤਲਬ ਇਹਦੀ ਜੋ ਐਵਰੇਜ ਆ ਉਹ ਕਾਫੀ, ਜੋ ਐਵਰੇਜ ਦੀ ਮੇਨਟੇਨੈਂਸ ਦਾ ਖਰਚਾ ਵੀ ਘੱਟ ਹੈ। ਜਿਵੇਂ ਇਹਦੇ ਵਿੱਚ ਆਪਾਂ ਦੇਖੋ ਨੋਰਮਲੀ ਇਹਦੇ ਵਿੱਚ 80 ml ਮੋਬਲ ਆਇਲ ਪੈਂਦਾ ਵਾ, ਇਹ ਤੁਸੀਂ ਇੱਥੋਂ ਖੋਲ੍ਹ ਕੇ, ਇੱਥੋਂ ਕੱਢ ਕੇ ਆਪਣੇ ਆਪ ਘਰ ਹੀ ਬਹਿ ਕੇ ਵੀ ਸਰਵਿਸ ਕਰ ਸਕਦੇ ਹੋ, ਜ਼ਿਆਦਾ ਲੰਬਾ ਚੌੜੀ ਗੱਲ ਨਹੀਂ ਹੈਗੀ। ਇੱਥੋਂ ਖੋਲ੍ਹੋ ਅਤੇ ਇਹਦੇ ਵਿੱਚ ਇੱਥੋਂ ਹੀ ਕੱਢ ਦਿਉ ਅਤੇ ਇੱਥੇ ਹੀ ਪਾ ਦਿਉ, ਆ ਦੇਖੋ ਇੱਥੋਂ ਹੀ ਖਾ ਕੇ ਇਹਦੀ ਸਰਵਿਸ ਹੋ ਜਾਵੇਗੀ। ਠੀਕ ਹੈ, ਹਾਂਜੀ, ਅਤੇ ਹੁਣ ਤੁਸੀਂ ਸਾਨੂੰ ਇੱਕ ਆਪਣਾ ਕੰਟੈਕਟ ਨੰਬਰ ਦੱਸ ਦਿਓ। ਹਾਂਜੀ, ਅਤੇ ਜੇ ਕੋਈ ਮਤਲਬ ਅਦਰ ਸਟੇਟ 'ਚ ਮੰਗਵਾਉਣਾ ਚਾਹੇ ਤੁਹਾਡੇ ਤੋਂ, ਤਾਂ ਫਿਰ ਤੁਹਾਡੇ ਕੋਲ ਫੈਸਿਲਿਟੀ ਕਿਵੇਂ ਭੇਜਦੇ ਹੋ ਤੁਸੀਂ? ਆਪਣੀ ਜਿਹੜੀ ਡਿਲੀਵਰੀ ਆ ਆਲ ਓਵਰ ਇੰਡੀਆ ਵਾ ਜੀ। ਠੀਕ ਹੈ, ਠੀਕ ਹੈ ਜੀ, ਉਹਦੇ ਵਿੱਚ ਸਾਨੂੰ ਘੱਟੋ ਘੱਟ ਪਹਿਲਾਂ 10% ਪੇਮੈਂਟ ਐਡਵਾਂਸ ਹੁੰਦੀ ਹੈ। ਠੀਕ ਹੈ, ਅਤੇ ਉਸ ਤੋਂ ਪੈਂਟ ਬਾਅਦ 90% ਪੇਮੈਂਟ ਉਹਦੇ ਜਿੱਥੇ ਵੀ ਐਡਰੈਸ ਹੋਏਗਾ, ਕੋਰੀਅਰ ਆਫਿਸ ਹੋਏਗਾ, ਉੱਥੇ ਪਹੁੰਚਣ ਤੋਂ ਬਾਅਦ ਦਿੱਤੀ ਜਾਏਗੀ ਉਹ ਸਾਡੇ ਖਾਤੇ 'ਤੇ। ਕੈਸ਼ ਔਨ ਡਿਲੀਵਰੀ ਕਰ ਸਕਦੇ ਹਾਂ? ਹਾਂਜੀ ਹਾਂਜੀ, ਕੈਸ਼ ਔਨ।